ਅੱਜ ਮੈਂ ਬਹੁਤ ਖੁਸ਼ ਹਾਂ। 2 ਅਗਸਤ ਨੂੰ ਮੇਰੇ ਘਰ ਬੇਟੀ ਨੇ ਜਨਮ ਲਿਆ। ਠੀਕ ਹੈ, ਸਾਰਾ ਦੀ ਆਸ ਸੀਗੀ ਕਿ ਚਲੋ ਬੇਟਾ ਹੈਗਾ, ਬੇਟਾ ਹੈਗਾ। ਮੇਰੀ ਪਹਿਲਾਂ ਹੀ ਸੀਗਾ ਕਿ ਨਹੀਂ, ਮੈਨੂੰ ਬੇਟੀ ਹੀ ਚਾਹੀਦੀ ਹੈ ਅਤੇ ਇਹਨੂੰ ਅਸੀਂ ਬਹੁਤ ਵਧੀਆ ਪੜ੍ਹਾਵਾਂਗੇ, ਲਿਖਾਵਾਂਗੇ, ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ। ਤੀਜੀ ਦਾਤ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ, ਗ੍ਰੈਂਡ ਵੈਲਕਮ ਅੱਜ ਤੁਸੀਂ ਗੁਰੂ ਦਾ ਕੀਤਾ, ਪਹਿਲਾਂ ਹੀ ਪ੍ਰੀ ਪਲੈਨਡ ਸੀ ਜਾਂ ਫਿਰ ਮਤਲਬ ਸੀਗਾ ਕਿ ਧੀ ਹੋਏਗੀ ਤਾਂ ਹੀ ਇੱਦਾਂ ਕਰਾਂਗੇ? ਹਾਂਜੀ ਹਾਂਜੀ, ਬਾਬਾ ਧੀ ਹੁੰਦੀ ਆ ਲੜਕਾ ਦਾ, ਅਸੀਂ ਇੱਦਾਂ ਹੀ ਵੈਲਕਮ ਕਰਨਾ ਸੀਗਾ। ਚਲੋ ਧੀ ਹੋਈ, ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ, ਸਾਰਿਆਂ ਨੂੰ ਇਕੱਲੇ ਇਕੱਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਬਹੁਤ ਜ਼ਿਆਦਾ ਕੱਟ ਸੀਗਾ ਅਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ। ਚਲੋ ਸਾਰਾ ਬੱਚੀ ਦਾ ਨਾਮ ਰੱਖ ਲਿਆ? ਹਾਂਜੀ, ਬੱਚੀ ਦਾ ਨਾਮ ਸਰਗੁਣ ਕੌਰ ਜੀ। ਅਤੇ ਸਰਗੁਣ ਬੀਂਗ ਫਾਦਰ, ਤੁਸੀਂ ਸਰਗੁਣ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ? ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦੇਵਾਂਗੇ, ਠੀਕ ਹੈ, ਉਹਨੂੰ ਵਧੀਆ ਸੰਸਕਾਰ ਦੇਵਾਂਗੇ, ਠੀਕ ਹੈ, ਅਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡ੍ਰੀਮਸ ਹੋਣਗੇ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ, ਅਤੇ ਅਸੀਂ ਅੱਗੋਂ ਉਹਨੂੰ IAS ਜਾਂ ਡਾਕਟਰ ਜਾਂ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜ੍ਹੇ ਹੋਵਾਂਗੇ। ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ, ਮੇਰੇ ਬੇਟੇ ਨੇ, ਮੇਰੀ ਨੂੰਹ ਨੇ ਅਤੇ ਸਾਰੇ ਸਾਡੇ ਘਰ ਵੱਡੀਆਂ ਭਰਜਾਈਆਂ ਨੇ, ਛੋਟੀ ਭਰਜਾਈ ਨੇ, ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ੍ਹ ਪਹਿਲਾ ਜੀ ਕੋਈ ਵੀ ਆਏਗਾ, ਬੇਟਾ ਆਏਗਾ ਜਾਂ ਬੇਟੀ ਆਏਗੀ, ਪਰ ਅਸੀਂ ਉਹਨੂੰ ਪੂਰਨ ਤੌਰ 'ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ, ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਧੀ ਦੀ। ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ, ਗੁਰਦੁਆਰਾ ਸਾਹਿਬ ਵਿਖੇ ਜਾ ਕੇ ਕੜਾਹ ਪ੍ਰਸ਼ਾਦ ਦੇ ਕਰਾ ਕੇ ਜੋ ਸਾਡੀ ਗੁਰਮਰਿਆਦਾ ਅਨੁਸਾਰ ਅੰਮ੍ਰਿਤ ਦਾ ਚੂੜਾ ਦਿੱਤਾ ਜਾਂਦਾ ਉਹ ਗੁਰੂ ਮਹਾਰਾਜ ਬਾਬਾ ਜੀ ਸਾਡੇ ਗ੍ਰੰਥੀ ਸਿੰਘ ਸਾਹਿਬ ਜੀ ਨੇ ਉਹ ਚੂੜਾ ਦਿੱਤਾ ਬੱਚੀ ਨੂੰ, ਅਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਭਵਿੱਖ ਵਧੀਆ ਅਸੀਂ ਬਣਾ ਸਕੀਏ। ਕਿ ਉਹ ਧੀਆਂ ਦਾ ਜੋ ਅੱਜ ਕੱਲ੍ਹ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਂ ਬਾਪ ਨੇ ਜਿਹੜੇ ਔਲਾਦ ਤੋਂ ਬਗੈਰ ਰਹਿ ਰਹੇ ਨੇ ਕਿੱਦਾਂ ਧੀਆਂ ਵਾਸਤੇ ਤਰਦੇ ਪਏ ਨੇ, ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪ 'ਚ ਸਾਨੂੰ ਬਖਸ਼ਿਸ਼ ਕੀਤੀ ਹੈ ਜੀ। ਫਿਊਚਰ ਕਿਵੇਂ ਦੇਖਦੇ ਹੋ ਬੱਚੀ ਦਾ? ਬੱਚੀ ਦਾ ਫਿਊਚਰ ਆਉਣ ਵਾਲਾ ਤਾਂ ਦੇਖੋ ਜੀ, ਆਪਣੀ ਸਾਡੀ ਆਪਣੀ ਸੋਚ ਹੈਗੀ ਹੈ, ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ, ਪੜ੍ਹਾਈ ਕਰਾਵਾਂਗੇ, ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੋਂ ਕਰਨਾ ਉਹ ਉਹਨਾਂ ਬੱਚੇ 'ਤੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸ 'ਤੇ ਜਾਣਾ ਜਾਂ IAS ਬਣਨਾ, IPS ਬਣਨਾ ਅਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ, ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੋਂ ਡਿਪੈਂਡ ਕਰੂਗਾ। ਬਾਕੀ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹੇਗੀ, ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ, ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ, ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹਦੀਆਂ ਨੇ, ਇਸੇ ਤਰ੍ਹਾਂ ਅਸੀਂ ਵਧੀਆ ਕੁਆਲੀਫਿਕੇਸ਼ਨ ਦੇਵਾਂਗੇ ਬੱਚੇ ਨੂੰ, ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਵਲਾ ਹੋ ਸਕੇ ਜੀ।